ਵਾਰ ਵਾਰ ਇੱਕ ਬੜੀ ਪਿਆਰੀ ਸ਼ਖਸੀਅਤ ਦਾ ਜ਼ਿਕਰ ਆ ਰਿਹਾ, ਬੜੀ ਪਿਆਰੀ। ਇੱਕ ਵਾਰੀ ਸਾਰੇ ਸੀਸ ਨਵਾਓ ਤੇ ਬੋਲੋ, ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਆਖੋ ਸਤਨਾਮ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ। ਸਾਧ ਸੰਗਤ ਸਦਕੇ ਸਦਕੇ ਸਤਿਗੁਰ ਨੂੰ ਮਿਲ ਅੰਗਦ ਸਾਹਿਬ ਮਹਾਰਾਜ ਜਦੋਂ ਕਰਤਾਰਪੁਰ ਤੋਂ ਚਲੇ ਗਏ, ਕਿਹਨਾਂ ਨੇ ਲੱਭਿਆ? ਸੰਗਤ ਨੇ ਕਿਹਨਾਂ ਨੂੰ ਬੇਨਤੀ ਕੀਤੀ? ਬਾਬਾ ਬੁੱਢਾ ਜੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜਦੋਂ ਬਹਿ ਗਏ, ਕਿਹਨਾਂ ਨੇ ਲੱਭਿਆ? ਬਾਬਾ ਬੁੱਢਾ ਜੀ ਨੇ। ਆਖੋ ਸਤਨਾਮ। ਕਿੰਨਾ ਕਮਾਇਆ ਜੀ ਗੁਰੂ ਨਾਨਕ ਨੂੰ, ਕਿੰਨਾ ਕਮਾਇਆ? 125 ਸਾਲ ਦੀ ਉਮਰ, 125 ਸਾਲ, 12 ਸਾਲ ਦੀ ਉਮਰ ਦੇ ਵਿੱਚ ਕੱਥੂ ਨੰਗਲ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਮਨ ਵੇਚਦਾ ਸੀ 12 ਸਾਲ ਦੀ ਉਮਰ 'ਚ। 113 ਸਾਲ ਸਿੱਖੀ ਕਮਾਈ, 113 ਸਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਿਲਣ ਆਉਂਦੇ ਸਨ। 100 ਸਾਲ ਤੋਂ ਉੱਪਰ ਦੀ ਉਮਰ ਹੋ ਗਈ ਸੀ ਉਦੋਂ। ਸੋਟਾ ਹੱਥ 'ਚ ਫੜਿਆ, ਚਿੱਟਾ ਚਿੱਟਾ ਚੋਲਾ, ਚਿੱਟਾ ਚਿੱਟਾ ਦੜ, ਚਿਹਰਾ ਡਲਕਾ ਮਾਰਦਾ ਬਾਬਾ ਬੁੱਢਾ ਜੀ ਦਾ। ਜਦੋਂ ਸੋਟਾ ਲੈ ਕੇ ਤੁਰਦੇ ਆਉਂਦੇ, ਨਾਲ ਕੁਝ ਸੰਗੀ ਨਾਲ, ਜਿਹੜੀ ਗਲੀ ਬਾਜ਼ਾਰ ਤੋਂ ਲੰਘਦੇ ਸਨ ਸਾਧ ਸੰਗਤ ਜੀ, ਹਰ ਬੰਦਾ ਅਦਬ ਦੇ ਨਾਲ ਖੜਾ ਹੋ ਜਾਂਦਾ ਸੀ। ਆਖੋ ਸਤਨਾਮ। ਹਰ ਬੰਦਾ ਅਦਬ ਦੇ ਨਾਲ ਖੜਾ ਹੋ ਜਾਂਦਾ ਸੀ ਬਾਬਾ ਬੁੱਢਾ ਜੀ ਦੇ ਸਤਿਕਾਰ ਦੇ ਵਿੱਚ। ਐਡਾ ਸਤਿਕਾਰ ਸੀ ਬਾਬਾ ਬੁੱਢਾ। ਇੱਕ ਦਿਨ ਦਰਬਾਰ ਦੇ ਵਿੱਚ ਆਏ ਨਾ ਬਾਬਾ ਬੁੱਢਾ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਤੇ ਬੈਠੇ ਨੇ, ਨਮਸਕਾਰ ਕੀਤੀ ਤੇ ਸਾਹਿਬ ਤਖਤ ਤੋਂ ਉੱਠ ਗਏ। ਆਪ ਗੁਰਦੇਵ ਜੀ ਤਖਤ ਤੋਂ ਉੱਠ ਗਏ। ਸਤਿਕਾਰ ਦੇਖੋ, ਸਤਿਕਾਰ ਹੋ ਸਦਕੇ ਤੇਨਾ ਗੁਰਸਿੱਖ। ਇਹ ਗੁਰੂ ਨੇ ਸਿਖਾਇਆ ਸਤਿਕਾਰ ਕਰਨਾ। ਆਪ ਅੱਗੇ ਹੋ ਕੇ ਬਾਬਾ ਬੁੱਢਾ ਜੀ ਨੂੰ ਪਕੜਿਆ, ਆਪਣੇ ਨਾਲ ਸਾਧ ਸੰਗਤ ਕੋਲ, ਆਪਣੇ ਕੋਲ ਬਿਠਾਇਆ, ਸਤਿਕਾਰ ਦਿੱਤਾ ਤੇ ਬਾਬਾ ਬੁੱਢਾ ਜੀ ਨੂੰ ਨਾ ਹੱਥ ਬੰਨ ਕੇ, ਗੁਰੂ ਸਾਹਿਬ ਹੱਥ ਬੰਨ ਕੇ ਕਹਿਣ ਲੱਗੇ, ਕਹਿੰਦੇ ਬਾਬਾ ਬੁੱਢਾ ਜੀ ਇੱਕ ਬੇਨਤੀ ਕਰਨ ਲੱਗੇ ਆ, ਮਨਾ ਨਾ ਕਰਿਓ, ਮੰਨ ਲਿਓ। ਹੱਥ ਮਹਾਰਾਜ ਨੇ ਜੋੜੇ ਨੇ, ਤੁਸੀਂ ਦੇਖੋ। ਇੱਕ ਬੇਨਤੀ ਕਰਨ ਲੱਗੇ ਆ, ਮਨਾ ਨਾ ਕਰਿਓ, ਮੰਨ ਲਿਓ। ਬਾਬਾ ਬੁੱਢਾ ਜੀ ਦੇ ਨੇਤਰ ਗਿੱਲੇ ਹੋ ਕੇ ਭੁੱਬਾਂ ਨਿਕਲ ਗਿਆ, ਕਹਿੰਦੇ ਮਹਾਰਾਜ ਆਹ ਕੰਮ ਨਾ ਕਰੋ, ਤੁਸੀਂ ਮਾਲਕ ਹੋ, ਤੁਸੀਂ ਗੁਰੂ ਨਾਨਕ ਹੋ, ਤੁਸੀਂ ਬੇਨਤੀ ਨਹੀਂ ਲਾਣੀ, ਤੁਸੀਂ ਹੱਥ ਨਹੀਂ ਜੋੜਨੇ, ਤੁਸੀਂ ਹੁਕਮ ਦੇਣਾ ਬੁੜੇ ਨੂੰ, ਬੁੱਢੇ ਨੂੰ ਹੁਕਮ ਦੇਣਾ। ਬੁੱਢਾ ਤਾਂ ਤੁਹਾਡੇ ਦਰ ਦਾ ਦਰ ਖਲੀਦ ਗੁਲਾਮ ਹੈ, ਦਰ ਖਰੀਦ ਗੁਲਾਮ ਹੈ ਤੁਹਾਡੇ ਦਰ ਦਾ, ਹੁਕਮ ਤਾਂ ਲਾਓ। ਕਹਿੰਦੇ ਬਾਬਾ ਜੀ ਨਾ ਨਾ ਕਰਿਓ,
ਅੱਜ ਤੋਂ ਬਾਅਦ ਤੁਸੀਂ ਸਾਨੂੰ ਮਿਲਣ ਲਈ ਆਣਾ, ਪੈਦਲ ਨਹੀਂ ਆਣਾ, ਅਸੀਂ ਆਪਣੀ ਪਾਲਕੀ ਤੁਹਾਨੂੰ ਦੇਣ ਲੱਗੇ ਆ, ਤੁਸੀਂ ਪਾਲਕੀ 'ਚ ਬਹਿ ਕੇ ਆਣਾ। ਆਖੋ ਸਤਨਾਮ। ਆਪਣੀ ਪਾਲਕੀ ਦੇਣ ਲੱਗੇ ਆ, ਤੁਸੀਂ ਪਾਲਕੀ ਤੇ ਬਹਿ ਕੇ ਆਣਾ। ਓਏ ਸਦਕੇ, ਓਏ ਸਦਕੇ, ਸਦਕੇ ਸਾਧ। ਕੈਸਾ ਕਮਾਇਆ ਹੋਏਗਾ ਬਾਬਾ ਬੁੱਢਾ ਜੀ ਨੇ, ਕੈਸਾ ਇੰਨਾ ਸਦਕਾ, ਇੰਨਾ। ਮੇਰੇ ਸਾਹਿਬ ਕਹਿਣ ਲੱਗੇ, ਕਹਿੰਦੇ ਬਾਬਾ ਜੀ ਨਾ ਨਾ ਕਰ। ਬਾਬਾ ਬੁੱਢਾ ਜੀ ਦੇ ਨੇਤਰ ਸੇਜਲ ਨੇ, ਕਹਿੰਦੇ ਮਹਾਰਾਜ ਕਿਵੇਂ ਹੋਏਗਾ, ਮੈਂ ਤੁਹਾਡੀ ਪਾਲਕੀ 'ਚ ਕਿਵੇਂ ਬੈਠਾਂਗਾ। ਕਹਿੰਦੇ ਨਹੀਂ ਨਾ ਨਾ ਜੀ ਸਰ। ਹੁਣ ਜਦੋਂ ਬਾਬਾ ਜੀ ਨੇ ਆਣਾ ਪਾਲਕੀ ਦੇ ਬਹਿ ਕੇ, ਇੱਕ ਦਿਨ ਦਾ ਜ਼ਿਕਰ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਨ 'ਚ ਕੀ ਮੌਜ ਬਣੀ, ਕੀ ਮੌਜ ਬਣੀ। ਅੱਗੇ ਦੀ ਹੋ ਕੇ ਨਾ ਸਾਧ ਸੰਗਤ, ਅੱਗੇ ਦੀ ਹੋ ਕੇ, ਤੇ ਜਿਸ ਸਿੱਖ ਨੇ ਮੋਢੇ ਤੇ ਚੱਕਿਆ ਹੋਇਆ ਸੀ ਨਾ, ਇੱਕ ਸਿੱਖ ਨੂੰ ਕਹਿੰਦੇ ਤੂੰ ਪਾਸੇ ਹੋ, ਮੈਨੂੰ ਵੀ ਮੋਢਾ ਲਾ ਲੈਣ ਦੇ ਪਾਲਕੀ ਨੂੰ। ਆਖੋ ਸਤਨਾਮ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੈਨੂੰ ਮੋਢਾ ਲਾ ਲੈਣ। ਜਾਂ ਸਾਹਿਬ ਨੇ ਪਾਲਕੀ ਨੂੰ ਮੋਢਾ ਲਾਇਆ, ਅੰਦਰੋਂ ਉੱਚੀ ਸਾਰੀ ਆਵਾਜ਼ ਆਈ, ਕਹਿੰਦੇ ਪਾਲਕੀ ਨੀਚੇ ਰੱਖ ਦਿਓ ਮਹਾਰਾਜ, ਨਹੀਂ ਤਾਂ ਮੈਂ ਛਾਲ ਮਾਰ ਦਿਆਂਗਾ। ਆਖੋ ਸਤਨਾਮ। ਪਾਲਕੀ ਨੀਚੇ ਰੱਖ ਦਿਓ, ਮੈਂ ਛਾਲ ਮਾਰ ਦਿਆਂ। ਮਹਾਰਾਜ ਨੇ ਪਾਲਕੀ ਰੱਖ ਦਿੱਤੀ। ਕਹਿੰਦੇ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਅਸੀਂ ਮੋਢਾ ਲਾਇਆ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਅਸੀਂ ਮੋਢਾ ਲਾਇਆ। ਕਹਿੰਦੇ ਸੱਚਿਆ ਪਾਤਸ਼ਾਹ, ਪਹਿਲੇ ਜਾਮੇ 'ਚ ਇਸੀ ਰਸਨਾ ਤੋਂ ਤੁਸੀਂ ਉਚਾਰਨ ਕੀਤਾ ਸੀ, ਬੁੜਿਆ ਤੇਰੇ ਤੋਂ ਓਲੇ ਕਦੇ ਨਾ ਹੋਸਾ। ਆਖੋ ਸਤਨਾਮ। ਬੁੜਿਆ ਤੇਰੇ ਤੋਂ ਓਲੇ ਕਦੇ ਨਾ ਹੋਸਾ। ਕਹਿੰਦੇ ਮਾਲਕਾ ਜਦੋਂ ਤੁਸੀਂ ਤੁਰੇ ਸੋ ਨਾ ਹਰਿਮੰਦਰ ਸਾਹਿਬ ਤੋਂ, ਜਦੋਂ ਤੁਸੀਂ ਤੁਰੇ ਸੋ ਹਰਿਮੰਦਰ ਸਾਹਿਬ ਤੋਂ, ਮੈਨੂੰ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਤੁਸੀਂ ਤੁਰ ਪਏ ਹੋ ਮੈਨੂੰ ਲੈਣ ਵਾਸਤੇ। ਆਖੋ ਸਤਨਾਮ। ਸਤ ਸੰਗਤ, ਗੁਰੂ ਸਿੱਖ ਦੇ ਵਿੱਚ, ਸਿੱਖ ਗੁਰੂ ਦੇ ਵਿੱਚ, ਇਹ ਕਦੋਂ ਸਤਿਗੁਰ ਨੂੰ ਮਿਲ ਰੱਤੀ ਭਰ ਵੀ। ਬਾਬਾ ਬੁੱਢਾ ਜੀ ਨੂੰ ਮਾਣ ਨਹੀਂ ਸੀ, ਰੱਤੀ ਭਰ ਵੀ ਮਾਣ ਨਹੀਂ ਸੀ। ਉਹ ਸਾਧ ਸੰਗਤ ਜਿਨ੍ਹਾਂ ਦੇ ਵਰ ਦੇ ਨਾਲ ਜਿਨ੍ਹਾਂ ਦਾ ਅਵਤਾਰ ਹੋਇਆ, ਜਿਨ੍ਹਾਂ ਦੇ ਵਰ ਦੇ ਨਾਲ ਸਤਿਗੁਰ ਜੀ ਦਾ ਅਵਤਾਰ ਹੋਇਆ ਹੋਵੇ, ਰੱਤੀ ਭਰ ਵੀ ਮਾਣ ਨਹੀਂ ਸੀ ਕਿ ਸਾਡੇ ਵਰ ਦੇ ਨਾਲ ਆਏ ਨੇ ਰੱਤੀ। ਧੰਨ ਬਾਬਾ ਬੁੱਢਾ ਜੀ, ਧੰਨ ਬਾਬਾ ਬੁੱਢਾ। ਇੱਕ ਵਾਰੀ ਕਹਿ ਦਿਓ ਧੰਨ ਧੰਨ ਬਾਬਾ ਬੁੱਢਾ ਜੀ ਮਹਾਰਾਜ। ਸਾਧ ਸੰਗਤ, ਆਪਣੇ ਹੱਥੀ ਵਿਦਿਆ ਦਿੱਤੀ, ਆਪਣੇ ਹੱਥੀ ਸ਼ਸਤਰ ਵਿਦਿਆ ਦਿੱਤੀ, ਗੁਰਮਤ ਦੀ ਵਿਦਿਆ ਪੜ੍ਹਾਈ, ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਨੂੰ ਆਪਣੇ ਹੱਥਾਂ 'ਚ ਖਿਲਾਇਆ। ਪਰ ਇਹ ਨਹੀਂ ਕਿ ਹੱਥਾਂ 'ਚ ਖਿਲਾ ਰਿਹਾ ਤੇ ਮੈਂ ਮਾਲਕ ਹਾਂ, ਹੱਥਾਂ 'ਚ ਖਿਲਾਉਂਦਿਆਂ ਵੀ ਕਹਿੰਦੇ ਸਨ
ਤੇਰਾ ਗੋਲਾਈਆਂ ਆਖੋ ਸਤਨਾ ਤੇਰਾ ਗੋਲਾਈਆਂ ਤੇਰਾ ਗੋਲਾਈਆਂ ਤੇਰਾ ਗੋਲਾਈਆਂ ਕੀ ਕਹਿੰਦੇ ਭਾਈ ਗੁਰਦਾਸ ਜੀ ਹਾਂ ਸਦਕੇ ਹਾਂ ਸਦਕੇ ਹਾਂ ਸਦਕੇ ਤੇ ਨਾ ਗੁਰ ਸਿੱਖਾਂ ਹਾਂ ਸਦਕੇ ਹਾਂ ਸਦਕੇ ਹਾਂ ਸਦਕੇ ਤੇ ਨਾ ਗੁਰ